ਲਓ ਜੀ, ਜਿੱਥੇ ਅਸੀਂ ਤੁਹਾਡੀ ਮੇਲਸ ਦੇ ਨਾਲ ਗੱਲ ਕਰ ਰਹੇ ਹਾਂ, ਬੰਦਿਆਂ ਨਾਲ ਗੱਲ ਕਰਾ ਰਹੇ ਹਾਂ, ਉੱਥੇ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਆਈਆਂ ਜਿਹੜੀਆਂ ਸਾਡੀਆਂ ਭੈਣਾਂ ਹਨ, ਮਾਵਾਂ ਹਨ, ਇਹਨਾਂ ਨੂੰ ਕਿੰਝ ਦਾ ਲੱਗ ਰਿਹਾ ਹੈ, ਇਹ ਵੀ ਗੱਲ ਕਰਾਉਂਦੇ ਹਾਂ। ਕਿਉਂਕਿ ਬੜਾ ਅਜੀਬ ਲੱਗਦਾ ਹੈ ਕਿ ਅਸੀਂ ਇੰਟਰਵਿਊਜ਼ ਦੇ ਅੰਦਰ ਵੀ ਇੱਕ ਸੋਚ ਪੈਦਾ ਕਰੀਏ ਕਿ ਸਿਰਫ ਮੇਲਸ ਹੀ ਗੱਲ ਕਰ ਸਕਦੇ ਹਨ ਅਤੇ ਫੀਮੇਲਸ ਨਹੀਂ ਕਰ ਸਕਦੀਆਂ। ਸੋ ਜਾਣਦੇ ਹਾਂ ਕਿ ਕਿੱਥੋਂ ਆਉਣਾ ਹੋਇਆ ਅਤੇ ਕੀ ਕਹਿਣਾ ਚਾਹੁੰਦੇ ਨੇ। ਹਾਂਜੀ, ਕਿੱਥੋਂ ਆਉਣਾ ਹੋਇਆ ਤੁਹਾਡੇ? ਦਿੱਲੀ ਤੋਂ ਆਇਆ ਜੀ। ਆਪਣਾ ਨਾਮ ਦੱਸੋ ਪਲੀਜ਼। ਜਸਵੀਰ ਕੌਰ। ਜਸਵੀਰ ਕੌਰ ਜੀ, ਕਿਸ ਟਾਈਮ ਆਪਣੇ? ਅਸੀਂ ਪਰਸੋਂ ਸਵੇਰੇ, ਕੱਲ੍ਹ ਰਾਤ, ਕੱਲ੍ਹ ਰਾਤੀ। ਕੱਲ੍ਹ ਰਾਤੀ ਇੱਥੇ ਆਪਣੇ? ਅਤੇ ਕਦੋਂ ਤੋਂ ਚੱਲੇ ਹੋਏ ਸੀ? ਅਸੀਂ ਪਰਸੋਂ ਚੱਲੇ ਹਾਂ, ਦਰਬਾਰ ਸਾਹਿਬ ਰੁਕਿਆ ਰਾਤੀ, ਸਵੇਰੇ ਫਿਰ ਤੋਂ ਅਟਾਰੀ ਬਾਰਡਰ 'ਤੇ ਆ ਕੇ ਇੱਥੋਂ। ਦਿੱਲੀ ਤੋਂ ਕਿੰਨੇ ਕੁ ਲੋਕਾਂ ਦਾ ਆਉਣਾ ਹੋਇਆ? ਦਿੱਲੀ ਤੋਂ ਸਾਡੇ 172 ਲੋਕ ਆਏ। 172 ਲੋਕਾਂ ਦਾ ਜਿਹੜਾ ਹੈ ਉਹ ਲੋਕ ਆਏ, ਅਤੇ 320 ਨੇ ਅਪਲਾਈ ਕੀਤਾ ਸੀ ਪਰ ਮਿਲਿਆ 172 ਨੂੰ। ਅੱਛਾ, ਬੜੇ ਨਿਰਾਸ਼ ਹੋਏ ਨੇ ਜਿਹਨਾਂ ਨੂੰ ਨਹੀਂ ਮਿਲਿਆ। ਅਤੇ ਜਿਹਨਾਂ ਦੇ ਨਹੀਂ ਵੀਜ਼ੇ ਲੱਗੇ ਉਹਨਾਂ ਦਾ ਤਾਂ ਮਨਾਂ ਦੇ ਵਿੱਚ ਹੋਏਗਾ ਕਿ ਪਤਾ ਨਹੀਂ ਕੀ ਹੈ। ਬਹੁਤ ਅਪਸੈਟ ਹੋਏ ਨੇ। ਹਾਂ, ਉਹਨਾਂ ਦਾ ਬੜਾ ਮੂਡ ਖਰਾਬ ਹੋਇਆ ਕਿ ਵੀ ਅਸੀਂ, ਸਾਡਾ ਵੀਜ਼ਾ ਨਹੀਂ ਲੱਗ ਸਕਿਆ। ਮੈਂ ਅਸੀਂ ਉਹਨਾਂ ਨੂੰ ਤਸੱਲੀ ਦਿੱਤੀ, ਕੋਈ ਗੱਲ ਨਹੀਂ ਬਾਬਾ ਜੀ ਕਰਨਗੇ, ਅਗਲੀ ਵਾਰ ਤੁਹਾਡਾ ਵੀ ਲੱਗ ਜਾਏਗਾ। ਅਗਲੇ ਲੱਗ ਜਾਏਗਾ। ਤਾਂ ਤੁਸੀਂ ਵੈਸੇ ਪੰਜਾਬ ਤੋਂ ਗਏ ਹੋ ਜਾਂ ਵੈਸੇ ਸ਼ੁਰੂ ਤੋਂ ਦਿੱਲੀ ਤੋਂ ਹੀ ਹੋ ਤੁਹਾਡੇ ਵੱਡੇ? ਨਹੀਂ, ਸਾਡੇ ਦਿੱਲੀ ਤੋਂ ਹੀ ਹੈਗੇ ਨੇ, ਪੰਜਾਬ ਸਾਡੇ ਰਿਲੇਟਿਵਸ ਹੈਗੇ ਨੇ ਸਾਰੇ। ਤੁਸੀਂ ਪੰਜਾਬੀ ਬੜੀ ਸੋਹਣੀ ਬੋਲ ਰਹੇ ਹੋ, ਦਿੱਲੀ ਦੇ ਵਿੱਚ ਰਹਿੰਦੇ ਹੋ। ਕਿਉਂਕਿ ਸਾਡੇ ਪੇਕੇ ਵੀ ਪੰਜਾਬੀ ਨੇ ਤੇ ਸਹੁਰੇ ਵੀ ਪੰਜਾਬੀ ਨੇ। ਹਾਂ, ਪੰਜਾਬੀ ਸਾਡੀ ਮਾਤਰ ਭਾਸ਼ਾ, ਅਸੀਂ ਜ਼ਰੂਰ ਬੋਲਣੀ। ਅਤੇ ਉੱਥੋਂ ਦੀਆਂ ਜਿਹੜੀਆਂ ਬੀਬੀਆਂ ਹਨ ਉਹ ਸਾਰੀਆਂ ਫਲੂਐਂਟਲੀ ਪੰਜਾਬੀ ਬੋਲਦੀਆਂ ਜਿਵੇਂ ਤੁਸੀਂ ਬੋਲ ਰਹੇ ਹੋ? ਜਿਹੜੀ ਐਸੇਕ ਫੈਮਿਲੀ ਹੈਗੀ ਉਹ ਸਾਰੀਆਂ ਬੋਲਦੀਆਂ ਨੇ ਪੰਜਾਬੀ। ਕੋਈ ਐਸੇ ਕੰਤਰੀ ਨਹੀਂ ਕਿ ਅਸੀਂ ਕੋਈ ਹੋਰ ਬੋਲੀ ਬੋਲਣੀ ਜੱਤੀ? ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ। ਹਾਂ ਹਾਂ, ਅਤੇ ਬਾਕੀ ਇੱਕ ਰਿਕੁਐਸਟ ਹੈਗੀ ਜੀ ਕਿ ਵੀਜ਼ਾ ਤੁਸੀਂ ਲਗਾਉਂਦੇ ਹੋ ਥੋੜ੍ਹਾ ਇੱਕ ਹਫ਼ਤਾ ਪਹਿਲੇ ਸਾਨੂੰ ਲਗਾ ਦਿਆ ਕਰੋ ਕਿ ਅਸੀਂ ਆਪਣੀ ਪ੍ਰੋਪਰ ਤਿਆਰੀ ਕਰ ਸਕੀਏ। ਸਾਨੂੰ ਇੱਕ ਦਿਨ ਪਹਿਲੇ ਰਾਤੀ 7 ਵਜੇ ਪਤਾ ਲੱਗਿਆ ਕਿ ਸਾਡਾ ਵੀਜ਼ਾ ਮਿਲ ਗਿਆ, ਅਤੇ ਤਾਂ ਫਿਰ ਅਸੀਂ ਤਿਆਰੀ ਕੀਤੀ। ਉਹ ਫਿਰ ਉਹਦਾ ਇੱਕ ਗੱਲ ਤੇ ਹੈ ਕਿ ਤੁਸੀਂ ਬੈਗ ਬੁੱਕ ਪਹਿਲੇ ਤਿਆਰ ਕਰਕੇ ਰੱਖ ਲਿਆ ਕਰੋ। ਅਗਰ ਰੱਖ ਲਿਆ ਕਈ ਦਿਨ ਵੀਜ਼ਾ ਨਾ ਲੱਗੇ ਤਾਂ ਮਨ ਕਿਹੜਾ ਖਰਾਬ ਹੁੰਦਾ ਵੀ ਤੁਸੀਂ ਸੋਚੋ। ਹਾਂ, ਦੂਜਾ ਇਹ ਹੈ ਕਿ ਅਸੀਂ ਬਿਲਕੁਲ, ਇਹ ਤੁਹਾਡਾ ਇੱਕ ਇਸ਼ੂ ਹੈ ਕਿ ਅਸੀਂ ਪਾਕਿਸਤਾਨੀ ਸਰਕਾਰ ਨੂੰ ਤੁਹਾਡੀ ਆਵਾਜ਼ ਅਸੀਂ ਅਪਣਾ ਸਕਦੇ ਹਾਂ, ਇਹ ਕਹਿੰਦੇ ਹਾਂ ਕਿ ਇਹ ਥੋੜ੍ਹਾ ਜਿਹਾ ਪਹਿਲੇ ਦੱਸਦਾ ਜਾਵੇ, ਜ਼ਿਆਦਾ ਨਹੀਂ ਤਾਂ 3-4 ਦਿਨ ਪਹਿਲੇ ਪਤਾ ਚੱਲ ਜਾਵੇ। ਬੰਦਾ ਆਪਣੀ ਤਿਆਰੀ ਕਰਦਾ। ਅਗਰ ਤੁਸੀਂ 25 ਤਰੀਕ ਨੂੰ ਆਉਣਾ ਹੈ ਤੇ ਉਹਦਾ ਕੋਈ 21 ਤਰੀਕ ਤੱਕ ਦੱਸ ਦੇਣਾ। ਕੋਈ 21 ਤਰੀਕ ਤੱਕ ਉਹ ਦੱਸ ਦਿੱਤਾ ਜਾਵੇ। 24 ਰਾਤੀ ਸਾਨੂੰ 7 ਵਜੇ ਪਤਾ ਲੱਗਿਆ। 24 ਲੋਕ ਜਿਹੜੇ ਨੇ ਦਿੱਲੀ ਤੋਂ? ਅਸਥਾਨ ਤੇ ਅਸੀਂ ਆਏ ਹਾਂ। ਹਾਂ ਹਾਂ, ਸਾਨੂੰ ਇੱਥੇ ਦਾ ਵਾਤਾਵਰਨ ਬਹੁਤ ਅੱਛਾ ਲੱਗਿਆ। ਇੱਧਰ ਦੇ ਸਭ ਲੋਕ ਬਹੁਤ ਮਿਲਣਸਾਰ ਨੇ ਔਰ ਸਾਡੀ ਬੜੀ ਦਿਲ ਮਨ ਨਾਲ ਸੇਵਾ ਕਰ ਰਹੇ ਨੇ। ਸਭ ਸਾਡੇ ਪੰਜਾਬੀ ਭਰਾਵਾਂ ਵਾਂਗੂ ਹੀ ਲੱਗ ਰਹੇ ਨੇ। ਬਹੁਤ ਸੋਹਣੀ ਗੱਲ ਹੈ ਜੀ। ਇਹ ਤਾਂ ਅਸੀਂ ਦਿੱਲੀ ਵਾਲੇ ਅਤੇ ਹੁਣ ਅਸੀਂ ਥੋੜ੍ਹਾ ਦਿੱਲੀ ਤੋਂ ਅੱਗੇ ਨਿਕਲਦੇ ਹਾਂ, ਹੋਰ ਥਾਵਾਂ ਲੋਕਾਂ ਵੱਲ ਜਾਂਦੇ ਹਾਂ ਕਿ ਉਹਨਾਂ ਦਾ ਕੀ ਹਾਲ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਕਿੱਥੋਂ ਆਉਣਾ ਹੋਇਆ ਜੀ? ਅਸੀਂ ਇੰਦੌਰ ਤੋਂ ਆਏ। ਅਤੇ ਇੱਕ ਵਾਰੀ ਹੋਰ ਦੱਸੋ? ਇੰਦੌਰ ਤੋਂ, MP ਤੋਂ। ਅੱਛਾ, MP ਤੋਂ ਆਏ ਹਨ ਜੀ, ਅਤੇ ਇਹ ਵੀ ਸੋਹਣੀ ਪੰਜਾਬੀ ਬੋਲ ਰਹੇ ਨੇ ਅਤੇ ਲੱਗਦਾ ਇਹਨਾਂ ਨਾਲ ਵੀ ਗੱਲਬਾਤ ਹੋਏਗੀ। ਅਤੇ ਤੁਸੀਂ ਦੱਸੋ ਕਿ ਕਿਵੇਂ ਦੇ ਜਦੋਂ ਤੁਸੀਂ ਆ ਰਹੇ ਸੀ ਵੀਜ਼ਾ ਲੱਗ ਗਿਆ, ਅਤੇ ਆਸੇ ਪਾਸੇ ਦੇ ਲੋਕ ਜਿਵੇਂ ਸਾਡੇ ਇੱਥੋਂ ਜਾਣਾ ਹੁੰਦਾ ਮੱਕੇ ਮਦੀਨੇ, ਅਤੇ ਬੜਾ ਉਹਨੂੰ ਮਿਲਦੇ ਨੇ, ਬੜਾ ਖੁਸ਼ ਹੁੰਦੇ ਨੇ, ਅਤੇ ਤੁਹਾਨੂੰ ਕਿੰਝ ਦਾ ਉੱਥੋਂ ਲੋਕਾਂ ਦਾ ਮਿਲਣੇ ਮਿਲਾਣੀ? ਬਹੁਤ ਅੱਛਾ, ਉਹਨਾਂ ਨੇ ਸਵਾਗਤ ਕੀਤਾ ਸਾਡਾ ਸਟੇਸ਼ਨ 'ਤੇ ਆ ਕੇ ਵੱਡਿਆਂ ਨੇ। ਹਾਂ ਹਾਂ, ਸਾਨੂੰ ਚਿਹਰੇ ਪਤਾ ਲੱਗਿਆ। 23 ਤਰੀਕ ਨੂੰ ਨਿਕਲਣਾ ਸੀ 4 ਵਜੇ, ਸਵੇਰੇ 8 ਵਜੇ ਸਾਨੂੰ ਪਤਾ ਲੱਗਿਆ। ਅੱਛਾ, ਸਵੇਰੇ ਪਤਾ ਲੱਗਿਆ। ਬਹੁਤ ਖੁਸ਼ੀ ਹੋਈ ਸਾਨੂੰ।
ਖੁਸ਼ੀ ਹੋਈ, ਲੇਕਿਨ ਗੱਲ ਇੱਕ ਮਾੜੀ ਹੈ, ਥੋੜਾ ਟਾਈਮ ਨਾਲ ਦੱਸਤਾ ਜਾਵੇ। ਤੁਸੀਂ ਬੈਂਡ ਜੀ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਦੱਸੋ ਕਿੱਥੋਂ ਆਣਾ ਹੋਇਆ? ਠੀਕ ਹੈ, ਇਹ ਵੀ ਐਮ ਪੀ ਤੂੰ ਤੇ ਪੰਜਾਬੀ ਇਹ ਵੀ ਸੋਹਣੇ ਬੋਲਦੇ, ਮੈਨੂੰ ਲੱਗਦਾ ਤੁਸੀਂ ਸਾਰੇ ਪੰਜਾਬੀ ਸੋਹਣੀ ਬੋਲਦੇ ਹੋ, ਟੁੱਟੇ ਨਹੀਂ ਹੈ ਜੀ ਤੁਸੀਂ ਪੰਜਾਬੀ, ਚੜ੍ਹਦੇ ਪੰਜਾਬ ਵਾਲੇ ਦਿੱਲੀ ਵਾਲੇ ਪਿੰਡ ਚਿਰਨੀਆਂ ਨਾਮ ਹੈ, ਉੱਥੇ ਸਭ ਬੱਚੇ ਛੋਟੇ ਤੋਂ ਛੋਟਾ ਬੱਚਾ ਵੀ ਪੰਜਾਬੀ ਬੋਲਦਾ। ਹਾਂ ਹਾਂ, ਪਿਓਰ ਪੰਜਾਬੀ, ਬਹੁਤ ਵਧੀਆ। ਚਲੋ ਬੜੀ ਥੋੜਾ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਉਣਾ ਹੋਇਆ ਜੀ ਤੁਹਾਡਾ? ਅੱਛਾ ਜੀ, ਫਿਰ ਦਿੱਲੀ ਵਾਲੇ ਆ ਗਏ ਜੀ, ਤੇ ਤੁਸੀਂ ਸੁਣਾਓ। ਮੈਂ ਚੌਥੀ ਵਾਰੀ ਆ ਰਹੀ ਹਾਂ ਇੱਥੇ। ਅੱਛਾ, ਮਾਸ਼ਾ ਅੱਲਾ। ਆਣਾ ਇਸ ਕਰਕੇ ਹੁੰਦਾ ਇੱਥੇ ਕਿ ਇੱਥੋਂ ਦੇ ਲੋਕਾਂ ਦਾ ਪਿਆਰ ਵੇਖ ਕੇ, ਬਹੁਤ ਮਿੱਠੀ ਬੋਲੀ ਹੈ ਤੁਹਾਡੀ ਸਭ ਦੀ ਇੱਥੋਂ ਦੀ, ਵੇਖ ਕੇ ਇੱਥੇ ਆਉਂਦੀ ਹਾਂ। ਅਤੇ ਹੁਣ ਜਿਸ ਤਰ੍ਹਾਂ ਅਸੀਂ ਕਿਸੇ ਸਟਾਲ ਵਿੱਚ ਕੁਝ ਖਾਣ ਜਾਂਦੇ ਹਾਂ ਨਾ, ਬੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ, ਉਹ ਕਹਿੰਦੇ ਨੇ ਤੁਸੀਂ ਸਾਡੇ ਮਹਿਮਾਨ ਹੋ, ਤੁਸੀਂ ਇੱਥੋਂ ਹੋਕੇ ਸਾਈਡ ਤੋਂ ਲੈ ਲਓ, ਇੱਥੋਂ ਹੋਕੇ ਜਾਓ। ਹਾਂ, ਉਹ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਇੰਨਾ ਰਿਸਪੈਕਟ ਦਿੰਦੇ ਹੋ ਸਾਨੂੰ। ਜੀ ਜੀ, ਅੱਛਾ ਲੱਗਦਾ। ਤੁਸੀਂ ਹਮੇਸ਼ਾ ਆਉਂਦੇ ਰਹੋ ਜੀ, ਅਸੀਂ ਤਾਂ ਤੁਹਾਨੂੰ ਹਮੇਸ਼ਾ ਜੀ ਆਇਆਂ ਨੂੰ ਕਵਾਂਗੇ।